ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਹਾਂ ਤੁਹਾਡਾ ਜਸਪ੍ਰੀ ਸਿੰਘ ਅੱਜ ਇਸ ਸਮੇਂ ਅਸੀਂ ਖੜੇ ਆਂ ਸਰਕਾਰੀ ਕੋਠੀ 47 ਨੰਬਰ ਦੇ ਠੀਕ ਬਾਹਰ ਇਹ ਕੋਠੀ ਅੱਜ ਕੱਲ ਬੜੀ ਚਰਚਾ ਦੇ ਵਿੱਚ ਆ ਸੈਕਟਰ 2 ਕੋਠੀ ਨੰਬਰ 47 ਹਰ ਸੋਸ਼ਲ ਅਕਾਊਂਟ ਦੇ ਉੱਤੇ ਇਸ ਕੋਠੀ ਦਾ ਜ਼ਿਕਰ ਹੋ ਰਿਹਾ ਜਿਕਰ ਇਸ ਕਰਕੇ ਹੋ ਰਿਹਾ ਕਿਉਂਕਿ ਇਹ ਕੋਠੀ ਸੀ ਪਹਿਲਾਂ ਮਨਪ੍ਰੀ ਬਾਦਲ ਹੋਣਾ ਕੋਲ ਤੇ ਹੁਣ ਇਹ ਹਰਪਾਲ ਚਿਮਾ ਨੂੰ ਲਾੜ ਕਰ ਦਿੱਤੀ ਗਈ ਆ ਪਰ ਯਾਰ ਮਨਪ੍ਰੀ ਬਾਦਲ ਕੋਲੇ ਕੋਠੀ ਸੀ ਤਾਂ ਉਸ ਤੋਂ ਬਾਅਦ ਆਰਡਰ ਨਿਕਲੇ ਕਿ ਮਨਪ੍ਰੀ ਬਾਦਲ ਇਸ ਕੋਠੀ ਨੂੰ ਖਾਲੀ ਕਰ ਦੇਣ ਮਨਪ੍ਰੀ ਬਾਦਲ ਜਦ ਇਸ ਕੋਠੀ ਨੂੰ ਖਾਲੀ ਕਰਕੇ ਜਾਂਦੇ ਨੇ ਤਾਂ ਇੱਥੋਂ ਸਰਕਾਰੀ ਸਮਾਨ ਵੀ ਨਾਲ ਲੈ ਜਾਂਦੇ ਨੇ ਇਹ ਅਸੀਂ ਨਹੀਂ ਕਹਿੰਦੇ ਇਹ ਪੰਜਾਬ ਲੋਕ ਨਿਰਮਾਣ ਵਿਭਾਗ ਦੀ ਟੀਮ ਕਹਿੰਦੀ ਆ ਜਾਂ ਉਹਨਾਂ ਦੇ ਜੂਨੀਅਰ ਇੰਜੀਨੀਅਰ ਲਾਪ੍ਰੀ ਸਿੰਘ ਜਿਨ੍ਹਾਂ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਜਿਹਦੇ ਵਿੱਚ ਡਿਟੇਲ ਦੱਸੀ ਜਾਂਦੀ ਆ ਕਿ ਜਦ ਮਨਪ੍ਰੀ ਬਾਦਲ ਹੋਣਾ ਨੇ ਇਸ ਕੋਠੀ ਨੂੰ ਖਾਲੀ ਕੀਤਾ ਏ ਦਾ ਇਸ ਕੋਠੀ ਦੇ ਵਿੱਚੋਂ ਉਹ ਕੁਝ ਸਰਕਾਰੀ ਸਮਾਨ ਵੀ ਆਪਣੇ ਕੋਲ ਲੈ ਗਏ ਨੇ ਸਮਾਨ ਦੱਸਿਆ ਜਾਂਦਾ ਇੱਕ ਡਾਈਨਿੰਗ ਟੇਬਲ 10 ਕੁਰਸੀਆਂ ਇੱਕ ਸਰਵਿਸ ਟ੍ਰੋਲੀ ਤੇ ਇੱਕ ਡਿਕਲਾਈਨਰ ਚੇਅਰ ਜਿਹੜੀ ਕਿ ਆਰਾਮਦਕ ਚੇਅਰ ਹੁੰਦੀ ਆ ਉਹ ਸਾਰਾ ਸਮਾਨ ਮਨਪੀ ਬਾਦਲ ਆਪਣੇ ਨਾਲ ਲੈ ਗਏ ਨੇ ਰਿਪੋਰਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਿਪੋਰਟ ਬਾਹਰ ਨਿਕਲੀ ਤੇ ਰਿਪੋਰਟ ਤੋਂ ਬਾਅਦ ਫਿਰ ਠੀਕ ਮਨਪੀ ਬਾਦਲ ਹੋਣਾ ਨੇ ਆਖਿਆ ਕਿ ਇਸ ਜਿਹੜਾ ਜਿਹੜਾ ਸਮਾਨ ਉਹ ਲੈ ਕੇ ਗਏ ਨੇ ਉਹ ਇਸ ਦਾ ਜਿਹੜੀ ਭੁਗਤਾਨ ਹੈ ਉਹ ਕਰ ਦਿੰਦੇ ਨੇ ਫਿਰ ਚੈੱਕ ਰਾਹੀਂ ਭੁਗਤਾਨ ਵੀ ਹੋ ਗਿਆ ਚੈੱਕ ਕਿੰਨਾ ਦਿੱਤਾ ਗਿਆ 184000 ਦਾ ਤੇ ਭੁਗਤਾਨ ਇਹਦਾ ਉਹ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਸਮਾਨ ਜਿਹੜਾ ਸਾਡੇ ਨਾਲ ਤਾਂ ਨਹੀਂ ਆਇਆ ਪਰ ਫਿਰ ਵੀ ਅਸੀਂ ਇਸ ਦਾ ਭੁਗਤਾਨ ਕਰਦੇ ਹਾਂ ਤੇ ਸਾਨੂੰ ਜਿਹੜੀ ਐਨਓਸੀ ਉਹ ਦਿੱਤੀ ਜਾਵੇ ਤਾਂ ਕਿ ਸਾਡਾ ਕੋਈ ਵੀ ਡਿਊ ਜਿਹੜਾ ਉਹ ਤੁਹਾਡੇ ਵੱਲ ਨਾ ਰਹਿ ਸਕੇ ਜਾਂ ਸਾਡੇ ਵੱਲ ਤੁਹਾਡੀ ਕੋਈ ਪੇਮੈਂਟ ਨਾ ਰਹਿ ਸਕੇ ਸੋ ਇੱਕ ਵਾਰੀ ਕੋਠੀ ਦਿਖਾ ਦਿੰਨੇ ਆ 47 ਨੰਬਰ ਕੋਠੀ ਆ ਇੱਥੇ ਨੰਬਰ ਪਲੇਟ ਜਿਹੜੀ ਉਹ ਲੱਗੀ ਹੋਈ ਸੀਗੀ ਮਨਪ੍ਰੀਤ ਬਾਦਲ ਦੇ ਨਾਮ ਦੀ ਨਾਮ ਪਲੇਟ ਉਹਨਾਂ ਦੀ ਇੱਥੇ ਲੱਗੀ ਹੋਈ ਸੀਗੀ 47 ਨੰਬਰ ਕੋਠੀ ਦੇ ਬਾਹਰ ਪਰ ਹੁਣ ਇਹ ਨਾਮ ਪਲੇਟ ਇੱਥੋਂ ਉੱਤਰ ਚੁੱਕੀ ਆ ਕੋਠੀ ਦਾ ਕੰਮ ਚੱਲ ਰਿਹਾ ਅੰਦਰ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੋਠੀ ਦਾ ਅਜੇ ਵੀ ਕੰਮ ਜਿਹੜਾ ਉਹ ਚਾਲੂ ਆ ਤੇ ਹੁਣ ਜਿਹੜਾ ਇਹ ਹਰਪਾਲ ਚੀਮਾ ਹੋਣਾ ਨੂੰ ਇਹ ਕੋਠੀ ਆ ਜਿਹੜੀ ਉਹ ਲਾਟ ਕਰ ਦਿੱਤੀ ਗਈ ਆ ਹਰਪਾਲ ਚੀਮਾ ਹੋਣਾ ਕੋਲ ਇਹ ਜਿਹੜੀ ਕੋਠੀ ਉਹ ਦੇ ਦਿੱਤੀ ਗਈ ਆ ਸੋ ਕੋਠੀ ਦੀਆਂ ਤਸਵੀਰਾਂ ਦਾ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਉਹੀ ਸਰਕਾਰੀ ਕੋਠੀ ਜਿੱਥੇ ਕਿ 5 ਸਾਲ ਤੋਂ ਵਧੇਰਾ ਸਮਾਂ ਮਨਪੀ ਬਾਦਲ ਹੋਣਾ ਨੇ ਆਨੰਦ ਮਾਣਿਆ ਏ ਇਸ ਕੋਠੀ ਦਾ ਜ਼ਿਕਰ ਕਰ ਰਹੇ ਹਾਂ ਸਮਾਨ ਦਾ ਜ਼ਿਕਰ ਇਸ ਕਰਕੇ ਹੋ ਰਿਹਾ ਕਿ ਜੇਕਰ ਉਹ ਸਮਾਨ ਹੁਣ ਦਾ ਨਵਾਂ ਸਮਾਨ ਸੀ ਜਿਹਦੇ ਵਿੱਚ ਇੱਕ ਡਾਈਨਿੰਗ ਟੇਬਲ 10 ਕੁਰਸੀਆਂ ਨੇ ਤਾਂ ਵੀ ਕੀਮਤ ਉਹਦੀ ਹੈ ਜਿਹੜੀ 1.84 ਲੱਖ ਰੁਪਏ ਕਿਤੇ ਵਧੇਰੀ ਬਣਦੀ ਹੈ ਪਰ ਜੇਕਰ ਉਹ ਸਮਾਨ ਕਾਰ ਬੁਰਜੀਆ ਦੇ ਸਮੇ ਦਾ ਹੈ ਤੇ ਫੇਰ ਉਸ ਦੀ ਕੀਮਤ ਅਨਮੋਲ ਹੈ ਕਿਉਂਕਿ ਉਹ ਸਾਡੀ ਵਿਰਾਸਤ ਦਾ ਸਮਾਨ ਹੈ ਸਾਡਾ ਆਪਣਾ ਸਮਾਨ ਹੈ ਜਿਹੜਾ ਕਿ ਮੰਤਰੀ ਜੇ ਕੋਠੀ ਛੱਡਣ ਤੇ ਵੇਲੇ ਉਹ ਨਾਲ ਲੈ ਕੇ ਰਿਹਾ ਤਾਂ ਉਸ ਸਮੇਂ ਕਹਿੰਦੇ ਨੇ ਕਿ ਇੱਕ ਬੋਲੀ ਲੱਗੀ ਸੀ ਇੱਕ ਹੌਦ ਦੇ ਟੱਕਣ ਦੀ ਉਹ ਬੋਲੀ ਦੇ ਵਿੱਚ ਲੰਡਨ ਦੇ ਵਿੱਚੋਂ ਬੋਲੀ ਲੱਗਦੀ ਆ ਬੋਲੀ ਦੇ ਵਿੱਚ ਉਹ ਹੌਦ ਦਾ ਟੱਕਣਾ ਜਿਹੜਾ ਉਹ ਐਰਿਕ ਨਾ ਦਾ ਸ਼ਕਸ਼ ਖਰੀਦ ਦਾ ਜੋ ਕਿ ਪੈਰਿਸ ਦਾ ਸੀ ਜਿਸ ਦੀ ਕੀਮਤ 10 ਲੱਖ ਰੁਪਈਏ ਨੇ ਉਸ ਸਮੇਂ ਅਦਾ ਕੀਤੀ ਸੀ ਜਦ ਉਹ ਬੋਲੀ ਲਗਾਈ ਗਈ ਸੀ ਅੰਗਰੇਜ਼ਾਂ ਸਮੇਂ ਦੀ ਜਾਂਦੀ ਗੱਲ ਪ੍ਰਾਣੀ ਪ੍ਰਾਤਨ ਗੱਲ ਕਰ ਰਿਹਾ ਸੀ ਪਰ ਜੇਕਰ ਉਹ ਵੇਲੇ ਦਾ ਇਹ ਡਾਈਨਿੰਗ ਟੇਬਲ ਹੈ ਉਹ ਵੇਲੇ ਦੀਆਂ ਕੁਰਸੀਆਂ ਨੇ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੀਮਤੀ ਸਮਾਨ ਹੋਵੇਗਾ ਦੀ ਕੀਮਤ ਕੇਵਲ 184000 ਅਦਾ ਕਰ ਦਿੱਤੀ ਗਈ ਹੈ ਪਰ ਇਹ ਕੋਠੀ ਦੇ ਵਿੱਚੋਂ ਇਸ ਤਰੀਕੇ ਨਾਲ ਜੇਕਰ ਸਮਾਨ ਗਾਇਬ ਹੋਵੇਗਾ ਤਾਂ ਚਿੰਤਾ ਰਵਿਸ਼ਾ ਜਰੂਰ ਹੈ ਕੇਵਲ ਚਰਚਾ ਕੋਠੀ ਨੰਬਰ 47 ਦੀ ਨਹੀਂ ਹੈ ਚਰਚਾ ਸੈਕਟਰ 39 ए ਵਿਖੇ 960 ਨੰਬਰ ਕੋਠੀ ਦੀ ਵੀ ਬਖੂਬੀ ਚੱਲ ਰਹੀ ਹੈ ਫਿਲਹਾਲ ਇਹ ਕੋਠੀ ਦਾ ਮੰਤਰੀ ਬਾਦਲ ਹੋਣਾ ਦੀ ਹੈ ਜਿਨ੍ਹਾਂ ਵੱਲੋਂ ਇੱਕ ਡਾਈਨਿੰਗ ਟੇਬਲ 10 ਕੁਰਸੀਆਂ ਇੱਕ ਸਰਵਿਸ ਟਰਾਲੀ ਤੇ ਇੱਕ ਡਿਕਲਾਈਨਰ ਚੇਅਰ ਜਿਹੜੀ ਹੈ ਉਹ ਨਾਲ ਲੈ ਜਾਇ ਜਾਂਦੀ ਹੈ ਜਿਹਦਾ ਖਰਚਾ ਉਹ ਪੇ ਕਰ ਦਿੰਦੇ ਨੇ 184000 ਰੁਪਇਆ ਹਾਲਾਂਕਿ ਖਰਚਾ ਬਹੁਤ ਬਣਦਾ ਸੀ ਪਰ ਇੱਥੇ ਇੱਕ ਦੂਜੇ ਮੰਤਰੀ ਸਾਹਿਬ ਵੀ ਨੇ ਜਿਨ੍ਹਾਂ ਦੀ ਚਰਚਾ ਮੈਂ ਦੱਸ ਰਿਹਾ ਕਿ 960 ਨੰਬਰ ਕੋਠੀ ਹੈ ਸੈਕਟਰ 39ਏ ਦੇ ਵਿੱਚ ਉਹ ਹੈਗੀ ਹੈ ਜੀ ਗੁਰਪ੍ਰੀਤ ਕਾਂਗੜ ਹੋਣਾ ਦੀ ਗੁਰਪ੍ਰੀਤ ਕਾਂਗੜ ਨੇ ਜਿਹੜੇ ਸਾਡੇ ਕੈਬਨਿਟ ਮਨਿਸਟਰ ਉਹ ਵੀ ਆਪਣੇ ਨਾਲ ਬਹੁਤ ਸਾਰਾ ਇਲੈਕਟ੍ਰੋਨਿਕ ਸਮਾਨ ਹੈ ਜਿਹੜਾ ਉਹ ਚੁੱਕ ਕੇ ਲੈ ਗਏ ਨੇ ਉਹਨਾਂ ਦੀ ਡਿਟੇਲ ਵੀ ਸਾਡੇ ਹੱਥ ਹੈ ਇੱਕ ਪੱਤਰ ਹੈ ਮੇਰੇ ਮੋਬਾਈਲ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਪਹਿਲਾਂ ਦੱਸ ਦਿੰਨੇ ਆ ਕਿ ਕੀ ਕੀ ਸਮਾਨ ਹੈ ਫਿਰ ਕੀਮਤ ਵੀ ਦੱਸਾਂਗੇ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਜਰੂਰ ਹੋ ਜਾਵੋਗੇ ਇੱਕ ਫਰਿੱਜਾ ਜੀ ਇੱਕ ਛੋਟੀ ਫਰਿੱਜਾ ਜੀ ਐਲਈਡੀਆਂ ਨੇ 5 ਚਾਰ ਨੇ ਜਿਹੜੇ او ਆਰਐਫ ਨੇ ਉਸ ਤੋਂ ਇਲਾਵਾ ਜਿਹੜੇ ਹੀਟਿੰਗ ਕਨਵਰਟਰ ਨੇ ਜਿਹੜੇ ਉਹ 6 ਨੇ ਜੀ ਇੱਕ ਰੂਮ ਹੀਟਰ ਇੱਕ ਹੈ ਜੀ ਇਸ ਤੋਂ ਇਲਾਵਾ ਦੱਸਿਓ ਤਾਂ ਫੈਨ ਨੇ ਚਾਹੇ ਉਹ ਦਾਤਾ ਪੱਖਾ ਹੋਵੇ ਜਾਂ ਟੇਬਲ ਫੈਨ ਆ ਉਹ 5 ਨੇ ਹੁਣ ਕੀਮਤਾਂ ਦੀ ਗੱਲ ਕਰ ਲੈਂਦੇ ਆ ਜੇ ਫ੍ਰੀਜਰ ਦੀ ਗੱਲ ਕਰੀਏ 420 ਲੀਟਰ ਦਾ 420 ਸੀ ਦਾ ਵੈਸੇ ਹੋਈ ਹੈ 420 20 ਲੀਟਰ ਦਾ ਇੱਕ ਫ੍ਰਿਜ ਹੈ ਜਿਹਦੀ 65530 ਰੁਪਏ ਕੀਮਤ ਦੱਸੀ ਗਈ ਹੈ ਜਿਹੜਾ ਬਿਲਕੁਲ ਨਿਊ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਫ੍ਰੀਜਰ ਦੱਸਿਆ ਜਾਂਦਾ ਹੈ ਜਿਹਦੀ ਕੀਮਤ 44000 ਦੱਸੀ ਗਈ ਹੈ ਕਿਉਂਕਿ ਉਹ 올ਡ ਫ੍ਰੀਜਰ ਹੈ ਇਸ ਤੋਂ ਇਲਾਵਾ LED TV ਨੇ 43 ਇੰਚ ਦੇ ਜਿਹੜੇ 5 ਦੱਸੇ ਜਾ ਰਹੇ ਨੇ ਇੱਕ ਦੀ ਕੀਮਤ 59620 ਰੁਪਏ ਦੱਸੀ ਜਾ ਰਹੀ ਹੈ ਤੇ ਟੋਟਲ ਕੀਮਤ ਬਣਦੀ ਹੈ ਪੰਜ ਜਾਣਿਆਂ ਦੀ ਇਹ ਜਣ ਕੇ ਪੰਜ 43 ਇੰਚ ਐਲਈਡੀ ਦੀ ਕੀਮਤ ਬਣਦੀ ਹੈ 298100 ਰੁਪਏ ਜਿਹੜੇ ਬਿਲਕੁਲ ਨਿਊ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ او ਐਫ ਆਰ ਨੇ ਜਿਹੜੇ ਉਹ ਚਾਰ ਦੱਸੇ ਜਾ ਰਹੇ ਨੇ ਇੱਕ ਦੀ ਕੀਮਤ 14170 ਰੁਪਈਆ ਤੇ ਟੋਟਲ ਚਾਰਾਂ ਦੀ ਕੀਮਤ ਦੱਸੀ ਗਈ ਹੈ 56680 ਰੁਪਈਏ ਸੋ ਅੱਗੇ ਗੱਲ ਕਰ ਲੈਂਦੇ ਆ ਅੱਗੇ ਹੈਗੇ ਆ ਜੀ ਹੀਟਰ ਕਨਵਰਟਰ ਨੇ ਜਿਹੜੇ ਜਾਣੀ ਕਿ ਜਿਹੜਾ ਹੀਟ ਨੂੰ ਕਨਵਰਟ ਕਰਦੇ ਨੇ ਰੂਮ ਦੇ ਵਿੱਚ ਮਿੱਠਾ ਮਿੱਠਾ ਸੇਕ ਰੱਖਦੇ ਨੇ ਸੇਕ ਤਾਂ ਹਾਲਾਂਕਿ ਸਰਕਾਰ ਨੂੰ ਬਥੇਰਾ ਲਾ ਦਿੱਤਾ ਇਹਨਾਂ ਨੇ ਜਾਏ ਕਹਿੰਦੇ ਲੋਕਾਂ ਨੂੰ ਸੇਕ ਲੱਗਦਾ ਹੈ ਪਰ ਉਹ ਸੇਕ ਰੱਖਦੇ ਨੇ ਉਹਦੀ ਕੀਮਤ ਇਹਨਾਂ ਨੇ ਦੱਸੀ ਹੈ ਜੀ ਜਿਹੜੇ 6 ਜੇ ਉਹ 6 ਦੱਸੇ ਨੇ ਕੁਆਂਟੀਟੀ 6 ਦੱਸੀ ਹੈ ਇੱਕ ਦੀ ਕੀਮਤ ਹੈ 2185 ਰੁਪਏ ਤੇ ਜੇ 6 ਚੱਕ ਲਈਏ 6 ਦਾ ਹਿਸਾਬ ਬਣਦਾ 13110 ਰੁਪਏ ਸੋ ਇਹ ਵੀ ਨਿਊ ਦੱਸੇ ਗਏ ਨੇ ਰੂਮ ਹੀਟਰ ਆ ਜੀ ਇੱਕ ਸਿੰਗਲ ਰੂਮ ਹੀਟਰ ਉਹਦੀ ਕੀਮਤ ਇੱਥੇ 835 ਰੁਪਏ ਦੱਸੀ ਗਈ ਹੈ ਤੇ ਇੱਕੋ ਹੀ ਹੀਟ ਰਾਇਸ ਕਰਕੇ 835 ਰੁਪਏ ਦਾ ਇਹ ਲੱਗੇਗਾ ਤੇ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਫਰਾਟਾ ਫੈਨ ਆ ਜਾਂ ਫਿਰ ਜਿਹੜੇ ਛੱਤ ਵਾਲੇ ਫੈਨ ਨੇ ਇਹ ਟੋਟਲ ਮਿਲਾ ਕੇ 5 ਦੱਸੇ ਜਾ ਰਹੇ ਨੇ ਇੱਕ ਦੀ ਕੀਮਤ 1600 ਰੁਪਈਆ ਤੇ 8000 ਦੀ ਕੀਮਤ ਇਹਨਾਂ ਹੀ ਦੱਸੀ ਜਾ ਰਹੀ ਹੈ ਸੋ ਇਹ ਘੱਟੋ-ਘੱਟ 7 ਆਈਟਮਾਂ ਜਿਹਦੇ ਵਿੱਚੋਂ ਜਿਹੜੇ ਨੇ ਕਈ 4 ਨੇ ਕੋਈ 5 ਨੇ ਕੋਈ 6 ਨੇ 7 ਦੀ ਜਾਨੀ ਕਿ ਇੱਕ ਲਿਸਟ ਬਣਾ ਦਿੱਤੀ ਗਈ ਹੈ ਵੱਖ-ਵੱਖ ਸਮਾਨ ਜਿਹੜਾ ਦੱਸਿਆ ਗਿਆ ਗੁਰਪ੍ਰੀਤ ਕਾਂਗੜ ਹੋਣਾ ਦੇ ਜਿਹੜਾ ਜੁਮੇ ਪਾਇਆ ਗਿਆ ਇਹ ਤੇ ਇੱਕ ਵੱਡੀ ਅਮਾਉਂਟ ਹੈ ਜਿਹੜੀ ਗੁਰਪ੍ਰੀਤ ਕਾਂਗੜ ਹੋਣਾ ਨੇ ਉਹ ਪੇ ਕਰਨੀ ਹੈ ਨਾ ਜਾਂ ਫਿਰ ਉਹ ਸਮਾਨ ਨੂੰ ਜਿਹੜਾ ਉਹ ਵਾਪਸ ਕਰਕੇ ਜਾਣਗੇ ਨਵੀਂ ਗੱਲ ਨਹੀਂ ਅਕਸਰ ਜਦ ਇਥੋਂ ਕੋਈ ਮੰਤਰੀ ਸੰਤਰੀ ਜਿਹੜਾ ਕੋਠੀ ਖਾਲੀ ਕਰਦਾ ਤਾਂ ਸਮਾਨ ਇਧਰ ਉਧਰ ਹੋਣਾ ਲਾਜ਼ਮੀ ਹੁੰਦਾ ਪਰ ਗੱਲ ਇਹ ਹੈ ਕਿ ਬਹੁਤ ਸਾਰਾ ਲੱਕੜ ਦਾ ਬਣਿਆ ਸਮਾਨ ਆ ਜਿਹੜਾ ਪ੍ਰਾਤਨ ਸਮਾਨ ਆ ਸਾਡਾ ਹਿਸਟੋਰੀਕਲ ਸਮਾਨ ਆ ਉਹ ਵੀ ਜਿਸ ਜਗ੍ਹਾ ਤੋਂ ਗਾਇਬ ਹੁੰਦਾ ਰਹੇਗਾ ਹਾਲਾਂਕਿ ਬਹੁਤ ਸਾਰਾ ਹੋ ਵੀ ਚੁੱਕਿਆ ਬਹੁਤ ਸਾਰਾ ਜਿਹੜਾ ਸਮਾਨ ਖਤਮ ਵੀ ਹੋ ਚੁੱਕਿਆ ਪਰ ਜੇ ਇਸ ਤਰੀਕੇ ਨਾਲ ਜਿਹੜਾ ਮਾੜਾ ਬੋਟਾ ਬਚਿਆ ਉਹ ਵੀ ਖਤਮ ਹੋ ਜਾਵੇਗਾ ਤਾਂ ਤੁਸੀਂ ਖੁਦ ਜਾਣ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੁੱਟਿਆ ਜਾਵੇਗਾ ਸਾਡੇ ਪੰਜਾਬ ਨੂੰ ਪਹਿਲਾਂ ਹੀ ਇਹਨਾਂ ਦੇ ਜਿਹੜੇ ਟਿੰਨੀ ਭਰਦੇ ਪਹਿਲਾਂ ਹੀ ਇਹ ਬਹੁਤ ਕੁਝ ਜਿਹੜਾ ਲੈ ਚੁੱਕੇ ਨੇ ਤੇ ਹੋਰ ਲਗਾਤਾਰ ਇਥੋਂ ਸਮਾਨ ਚੁੱਕ ਕੇ ਜਾ ਰਹੇ ਹਨ ਹਾਲਾਂਕਿ ਇਹਨਾਂ ਤੋਂ ਪਹਿਲਾਂ ਜਦ ਕਾਂਗਰਸ ਨੇ ਦੂਜੀ ਟਾਰੂ ਖੇਲੀ ਸੀ ਜਦ ਵੀ ਕਈ ਮੰਤਰੀਆਂ ਨੇ ਸਰਕਾਰੀ ਰਹਾਇਸ਼ਾਂ ਖਾਲੀ ਕੀਤੀਆਂ ਸੀ ਤੇ ਉਹ ਗਮਲੇ ਤੱਕ ਚੱਕ ਕੇ ਲੈ ਗਏ ਸੀ ਤੇ ਅੱਜ ਦਾ ਫਿਰ ਮਾਮਲਾ ਫਿਰ ਫ੍ਰਿਜ ਦਾ ਐਲਈਡੀਆਂ ਦਾ ਡਾਈਨਿੰਗ ਟੇਬਲਾਂ ਦਾ ਡਿਕਲਾਈਨਰ ਚੇਰਾਂ ਦਾ ਜਾਂ ਹੋਰ ਚੇਰਾਂ ਦਾ ਹੈ ਤੇ ਜੜੀਆਂ ਕਿ ਇਥੋਂ ਗਾਇਬ ਹੋ ਚੁੱਕੀਆਂ ਨੇ ਸੋ ਉਹਨਾਂ ਦਾ ਮੁਆਵਜ਼ਾ ਮਨਪ੍ਰੀਤ ਬਾਦਲ ਨੇ 1,84,000 ਤੱਕ ਦਾ ਕੀਤਾ ਹੈ ਗੁਰਪ੍ਰੀਤ ਕਾਂਗੜ ਹੋਣਾ ਦੀ ਕੋਈ ਰਿਪੋਰਟ ਨਹੀਂ ਵੀ ਉਹਨਾਂ ਨੇ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ ਸੋ ਇਹ ਤੁਹਾਨੂੰ ਤਾਂ ਦੱਸਿਆ ਜਾ ਰਿਹਾ ਕਿ ਤੁਸੀਂ ਵਖੂਬੀ ਜਾਣੂ ਹੋ ਸਕੋ ਕਿ ਕਿੰਨਾ ਕੁ ਖਰਚਾ ਜਿਹੜਾ ਇਸ ਮਕਾਨ ਦੇ ਵਿੱਚੋਂ ਪਹਿਲਾਂ ਆਉਣ ਲੱਗੇ ਹੁੰਦਾ ਫਿਰ ਜਾਣ ਲੱਗੇ ਹੁੰਦਾ ਤੇ ਸਮਾਨ ਜਾਂ ਨਾਲ ਚਲੇ ਜਾਂਦਾ ਤੇ ਫਿਰ ਕਿੰਨਾ ਕੁ ਪੈਸੇ ਇੱਥੋਂ ਲੁੱਟਿਆ ਜਾਂਦਾ ਹੈ ਸੋ ਮਨਪ੍ਰੀਤ ਬਾਦਲ ਹੋਣਾ ਦੀ ਇਹ 47 ਨੰਬਰ ਹਾਇਸ਼ ਤੇ ਬਾਹਰੋਂ ਅਸੀਂ ਜਿਹੜੀ ਰਿਪੋਰਟ ਕੀਤੀ ਹੈ ਰਿਪੋਰਟ ਗੁਰਪ੍ਰੀ ਕਾਂਗੜ ਨੂੰ ਲੈ ਕੇ ਵੀ ਸੀ ਰਿਪੋਰਟ ਮਨਪੀ ਬਾਦਲ ਹੋਣਾਂ ਲੈ ਕੇ ਵੀ ਸੀ ਫਿਲਹਾਲ ਹੁਣ ਇੱਥੋਂ ਮਨਪੀ ਬਾਦਲ ਦੀ ਤਖਤੀ ਉਤਰ ਚੁੱਕੀ ਹੈ ਜਿਹੜੀ ਕਿ ਕੁਝ ਦਿਨ ਪਹਿਲਾਂ ਇੱਥੇ ਮੌਜੂਦ ਸੀ ਤੇ ਹੁਣ ਇੱਥੇ ਤਖਤੀ ਲੱਗੇਗੀ ਹਰਪਾਲ ਚੀਮਾ ਹੋਣਾਂ ਦੀ ਕੋਠੀ ਦੇ ਅੰਦਰੋਂ ਕੰਮ ਜਾਰੀ ਹੈ ਚੱਲ ਰਿਹਾ ਹੈ ਡਿਟੇਲਾਂ ਬਣ ਚੁੱਕੀਆਂ ਨੇ ਕੀ ਕੀ ਸਮਾਨ ਬਚਿਆ ਹੋਇਆ ਕੀ ਕੀ ਇੱਥੋਂ ਗਾਇਬ ਹੈਗਾ ਹੈ ਤੇ ਉਹ ਡਿਟੇਲਾਂ ਦੇ ਨਾਲ ਫਿਰ ਇਹ ਸਾਰੀ ਜ਼ਿੰਮੇਵਾਰੀ ਹੁਣ ਹਰਪਾਲ ਚੀਮਾ ਨੂੰ ਸੌਂਪ ਦਿੱਤੀ ਜਾਵੇਗੀ ਜਦ ਕਦੇ ਉਹ ਕੋਠੀ ਖਾਲੀ ਕਰਨਗੇ ਹਿਸਾਬ ਉਹਨਾਂ ਤੋਂ ਵੀ ਮੰਗਿਆ ਜਾਵੇਗਾ ਸੋ ਇਹ ਟੀਵੀ ਪੰਜਾਬ ਦੀ ਖਾਸ ਪੇਸ਼ਕਸ਼ ਸੀ ਹੁਣ ਮੈਨੂੰ ਜਸਪ੍ਰੀ ਸਿੰਘ ਅਸ਼ਕਰੂ ਦੇ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਮਾਨ ਪੂਰਾ ਟੈਕਸਲ ਮਿੰਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ